केंद्र सरकार वालों पास किए गए 3 खेती कानूनों नूं रद्द करवाउण दे लई किसान जथेबंदियां वालों केंद्र सरकार दे खिलाफ प्रदर्शन लगातार जारी है। संयुक्त किसान मोर्चे दे सद्दे ते अज भारत बंद दा सद्दा दित्ता गया। सवेरे 6 बजे तो लेके जिहड़ा शाम दे 6 बजे तक पूर्ण जिहड़ा भारत आ उह बंद रहना। अज मानसा दे विच जिहड़ा इस भारत बंद नूं पूर्ण समर्थन मिल रहा। सवेरे 6 बजे तो लेके शाम दे 6 बजे तक बंद रहेगा। मानसा दे विच अज दुकानां ने रोड ने जिहड़े उह पूर्ण बंद ने। तो जिहड़ा किसान जथेबंदियां नूं अज किसान मजदूर व्यापारी दुकानदार ते जिहड़ा हैगा ट्रांसपोर्ट वालों भी अज इन्हां नूं पूर्ण समर्थन दिता गया। मानसा दे 3 कोनी दीआं तस्वीरां दिखा रहे हैं जिथे किसान एकत्र होए ने ते किसान इत्थे इसे जगह ते ही एकत्र होणगे ते उस तों बाद मानसा शहर दे विच किसानां वालों मार्च भी कीता जाएगा। किसान जथेबंदियों के आगू ने साडे नाल उन्हां दे नाल भी गलबात कर लैंदे आ वी की अज पूरा दिन दे विच रहेगा देखो जी। पूरा जिले के 6-7 थावां रोड जाम है तो 2-3 थावां रेलवे पूरा जाम है। सारा मानसा जिला अज पूरा मुकम्मल तौर पर जाम है और पिंडां दे विचों भी आप मुहारे लोग सड़कां दे उत्ते बैठे ने। कोई भी व्हीकल जिहड़ा जा रहा है उन्हों रोक रहे हैं। ਪਿੰਡਾਂ ਦੇ ਵਿੱਚ ਲੋਕ ਆਪਣੇ ਆਪ ਸਾਡੇ ਧਰਨੇ 'ਚ ਵੱਡੀ ਪੱਧਰ 'ਤੇ ਸ਼ਾਮਿਲ ਹੋਣਗੇ ਧਰਨਿਆਂ 'ਚ, ਪਰ ਹੋਰ ਕੰਮ ਨਹੀਂ ਕਰ ਰਹੇ। ਅਤੇ ਨਾਲ ਸਾਡਾ ਵਪਾਰ ਮੰਡਲ ਆ ਜਿਹੜਾ ਉਹਨੇ ਪੂਰਾ ਬਾਜ਼ਾਰ ਬੰਦ ਦਾ ਸੱਦਾ ਸਾਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਸਪੋਰਟ ਦੇ ਕੇ ਪੂਰਾ ਬਾਜ਼ਾਰ ਬੰਦ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੋਦੀ ਦੇ ਖਿਲਾਫ਼, ਖੇਤੀ ਕਾਨੂੰਨਾਂ ਦੇ ਖਿਲਾਫ਼, ਮਹਿੰਗਾਈ ਦੇ ਖਿਲਾਫ਼ ਪੂਰਾ ਮੁਕੰਮਲ ਬੰਦ। ਪ੍ਰਧਾਨ ਜੀ, ਕਿੰਨੇ ਕੁ ਕਿਸਾਨ ਇਕੱਤਰ ਹੋਣਗੇ ਅਤੇ ਕਿੱਥੇ ਕਿੱਥੇ ਜਿਹੜਾ ਅੱਜ ਇਹ ਰੋਡ ਜਾਮ ਰਹੇਗਾ? ਰੋਡ ਤੋਂ ਇਲਾਵਾ ਹੋਰ ਕੀ ਕਿਸਾਨਾਂ ਵੱਲੋਂ ਅੱਜ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾਣਗੇ? ਅੱਜ ਜਿਹੜੀ ਆਪਾਂ ਗਿਣਤੀ ਲਾਉਂਦੇ ਹਾਂ ਬੰਦਿਆਂ ਦੀ, ਉਹ ਗਿਣਤੀ ਨਹੀਂ ਹੋਣੀ ਕਿਉਂਕਿ ਸੜਕਾਂ 'ਤੇ ਸਾਰੇ ਕਿਸਾਨ ਹੀ ਦਿਸਣਗੇ ਟੋਟਲ। ਵੱਡੀ ਪੱਧਰ 'ਤੇ ਸਾਰੇ ਪਿੰਡਾਂ 'ਚੋਂ ਲੋਕ ਜਿਹੜੇ ਇਦੋਂ ਪਹਿਲਾਂ 6 ਵਜੇ ਤੋਂ ਲੈ ਕੇ ਸੜਕਾਂ 'ਤੇ ਬੈਠ ਗਏ ਸੀ ਵੀ ਮਾਨਸਾ ਦੀ 3 ਕੁਣੀ ਹੈ, ਉਹ ਵੱਡਾ ਸਰਸਾ ਬਰਨਾਲਾ ਰੋਡ ਆ ਜਿਹੜਾ ਉਹ ਜਾਮ ਕੀਤਾ ਹੋਇਆ। 3 ਕੁਣੀ ਜਿਹੜਾ ਬੱਤੀਆਂ ਵਾਲਾ ਚੌਂਕ ਹੈ ਉੱਥੇ 6 ਵਜੇ ਅਸੀਂ ਬਹਿ ਗਏ। 6 ਵਜੇ ਸ਼ਾਮ ਤੱਕ ਪੱਕਾ ਬਾਕਾਇਦਾ ਜਾਮ ਰਹੂਗਾ। ਅੱਜ ਕਿਸੇ ਨੂੰ ਵੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅੱਜ ਪੂਰੇ ਜੇ ਕਹਿ ਦਈਏ ਸਾਨੂੰ 4 ਮਹੀਨੇ ਹੋ ਗਏ 26 ਤਰੀਕ 'ਤੇ ਗਏ ਹੋਏ ਹਾਂ, 26 ਤਰੀਕ ਦੁਬਾਰੇ ਆ ਗਈ ਹੈ। ਤਾਂ ਕਰਕੇ ਅਸੀਂ ਅੱਜ ਇਸ ਮੋਦੀ ਸਰਕਾਰ ਦੇ ਜਿਹੜੇ ਕੰਨ 'ਤੇ ਜੂਣੀ ਸੜਕ ਦੀ ਉਹ ਸੜਕਾਉਣ ਵਾਸਤੇ ਕਹਿੰਦੇ ਹਾਂ ਵੀ ਪੂਰੇ 4 ਮਹੀਨੇ ਹੋ ਗਏ ਆ, ਹੋਰ ਕਿੰਨੇ ਮਹੀਨੇ ਲਵਾਉਣੇ ਆ? ਜਿਵੇਂ ਇਹਨੇ ਕਾਲੇ ਕਾਨੂੰਨ ਕਹਿੰਦੇ ਆਪਾਂ ਪਾਸ ਕੀਤੇ ਆ, ਉਸੇ ਹੱਥਾਂ ਨਾਲ ਹੀ ਜਿਹੜੇ ਕਾਨੂੰਨ ਆ ਉਹ ਰੱਦ ਕਰਾ ਕੇ ਫਿਰ ਸਾਹ ਲਵਾਂਗੇ। ਕਿੰਨੇ ਕੁ ਜਿਹੜੇ ਸੰਗਠਨ ਅੱਜ ਇਸ ਅਨਾਊਂਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ? ਸ਼ਹਿਰ ਦੇ ਵਪਾਰ ਦੀ ਗੱਲ ਕੀਤੀ ਜਾਵੇ, ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ, ਟਰਾਂਸਪੋਰਟ ਦੀ ਕੀਤੀ ਜਾਵੇ, ਅਤੇ ਹੋਰ ਜਿਹੜੇ ਹੋਰ ਕਿਸ ਤਰ੍ਹਾਂ ਦੇ ਜਿਹੜੇ ਸੰਗਠਨ ਨੇ ਇਹ ਤੁਹਾਨੂੰ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ਅੱਜ ਇਸ ਬੰਦ ਦਾ? ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਅੱਜ ਸਾਰੇ ਭਾਰਤ ਦੇ ਵਿੱਚ ਬੰਦ ਦਾ ਸੱਦਾ ਕਿਸਾਨ ਸੰਯੁਕਤ ਮੋਰਚੇ ਵੱਲੋਂ ਦਿੱਲੀ ਤੋਂ ਸਾਨੂੰ ਆਇਆ ਹੋਇਆ ਗਾ, ਉਹਦੇ ਤਹਿਤ ਅੱਜ ਮਾਨਸਾ ਦੇ ਵਿੱਚ ਜੇ ਅਸੀਂ ਕਰੀਏ, ਕੱਲ੍ਹ ਪ੍ਰਚਾਰ ਵੀ ਕੀਤਾ, ਸਾਨੂੰ ਸਾਰ A to Z ਹੀ ਸਮਰਥਨ ਮਿਲ ਰਿਹਾ ਹੈਗਾ। ਆਟੋ ਰਿਕਸ਼ਾ ਵਾਲਿਆਂ ਦਾ, ਦੂਜੇ ਰਿਕਸ਼ਾ ਵਾਲਿਆਂ ਦਾ, ਵਪਾਰ ਮੰਡਲ ਦਾ ਜੀ, ਕਰਿਆਣੀਆਂ ਦੁਕਾਨਾਂ ਦਾ, ਜਿੰਨੇ ਵੀ ਵਪਾਰੀ ਹੈ, ਜਿੰਨੇ ਵੀ ਪ੍ਰਧਾਨਾਂ ਦੀ ਕੱਲ੍ਹ ਮੀਟਿੰਗ ਵੀ ਹੋਈ ਸੀ, ਬਾਕਾਇਦਾ ਸਾਰਾ ਹਰ ਵਰਗ ਵੱਲੋਂ ਸਾਡੇ ਕਿਸਾਨ ਸੰਯੁਕਤ ਮੋਰਚੇ ਨੂੰ ਸਾਰੇ ਦਾ ਸਾਰਾ ਹਾਦਾ ਨਾਦਾ ਮਿਲ ਰਿਹਾ ਹੈਗਾ। ਜਿੰਨਾ ਚੱਕਰ ਵੀ ਮੋਦੀ ਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਖੇਤੀ 'ਤੇ ਲਿਆਉਂਦੇ ਹੋਏ ਰੱਦ ਨਹੀਂ ਹੁੰਦੇ, ਉਹਨਾਂ ਚੱਕਰ ਸਾਡਾ ਕਿਸਾਨ ਸੰਯੁਕਤ ਮੋਰਚਾ ਟੇਕ ਕੇ ਨਹੀਂ ਬੈਠਾਂਗੇ। ਜਿੰਨਾ ਚੱਕਰ ਵੀ ਮੋਦੀ ਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਅਸੀਂ ਸੰਘਰਸ਼ ਨੂੰ ਹੋਰ ਅੱਗੇ ਵੱਲ ਲੈ ਕੇ ਜਾਵਾਂਗੇ। ਬਿਲਕੁਲ, ਕਿਸਾਨਾਂ ਦਾ ਕਹਿਣਾ ਕਿ ਅੱਜ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਬੈਠੇ ਹੋਏ ਆ, ਪੂਰੇ 4 ਮਹੀਨੇ ਹੋ ਚੁੱਕੇ ਨੇ, ਪਰ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਰਾਜ਼ੀ ਨਹੀਂ ਹੋ ਰਹੀ। ਕੇਂਦਰ ਸਰਕਾਰ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਕੇਂਦਰ ਦੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਕੁਲਦੀਪ ਧਾਲੀਵਾਲ, ETV ਭਾਰਤ, ਮਾਨਸਾ।